जे कबड्डी खिडारी ना होंदे अज तां बड़ा नाम है, जे ना होंदे तां की होंदे? बस मज्जा जानियां सी। ਮੁੰਡਿਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਫੋਟੋ ਕਰਾਉਂਦੇ, ਕਹਿੰਦੇ ਸ਼ਾਜੀ ਸ਼ਾਜੀ ਹੋਈ ਪਈ। ਓਏ ਅੱਲਾ ਦੀ ਮਿਹਰ ਆ ਭਾਜੀ, ਸ਼ੁਕਰ ਆ ਪਰਮਾਤਮਾ ਦਾ ਨਿਯੁਗ ਕਰਤਾ ਭਾਜੀ। ਭਾਜੀ ਦੋ ਟਰੈਕਟਰ ਜਿੱਤ ਲਿਆ, ਦੋ ਗੱਡੀਆਂ ਹੋ ਗਈਆਂ ਆ। ਹਾਂਜੀ ਭਾਜੀ, ਇੱਕ ਸਨਮਾਨ ਚ ਮਿਲੀ, ਇੱਕ ਲੰਡੀ ਜੀਪ ਜਿੱਤੀ ਆ ਭਾਜੀ। ਹਾਂਜੀ ਭਾਜੀ, ਜੇ ਤਿੰਨਾਂ ਭਰਾਵਾਂ ਦੀ ਗੱਲ ਕਰੀਏ, ਫਰਿਆਦ ਬਾਈ ਦਾ ਤਾਂ ਚਲੋ ਦੱਸ ਦੇ, ਕਹਿੰਦੇ 99 ਹੋ ਗਏ। ਹਾਂਜੀ ਹਾਂਜੀ, 99 ਮੋਟਰਸਾਈਕਲ ਹੋ ਗਿਆ। ਤੁਸੀਂ ਕਦੋਂ ਪਾ ਰਹੇ ਆ ਫੇ ਮੋਟਰਸਾਈਕਲਾਂ ਦੀ ਏਜੰਸੀ? ਭਾਜੀ ਏਜੰਸੀ ਪਈ ਹੋਈ ਆ ਮੋਟਰਸਾਈਕਲਾਂ ਦੀ। ਰੱਬ ਦੀ ਮਿਹਰ ਹੋਈ ਆ, ਇੰਨਾ ਕੁਛ ਜਿੱਤ ਕੇ ਇੰਨਾ ਕੁਛ ਆਏ ਆ ਭਾਜੀ। ਬਾਕੀ ਮਿਹਨਤ ਦੀ ਗੱਲ ਕਰ ਲਓ, ਰੱਬ ਦੇ ਨਾਲ ਆ ਭਾਜੀ। ਮਿਹਨਤ ਭਾਜੀ ਸਾਰਿਆਂ ਨੂੰ ਪਤਾ ਹੀ ਆ, ਮਿਹਨਤ ਕਰਕੇ ਇੱਥੇ ਤੱਕ ਆਏ ਹਾਂ, ਮਿਹਨਤ ਕਰਕੇ ਇਹ ਚੀਜ਼ਾਂ ਹਾਸਲ ਹੁੰਦੀਆਂ ਨੇ, ਸਟਰਗਲ ਕਰਕੇ ਇਹ ਸਭ ਮਿਲਦਾ ਆ, ਇਹ ਤਾਂ ਭਾਜੀ ਸਾਰਿਆਂ ਨੂੰ ਪਤਾ ਹੈ। ਨਿਆਣਿਆਂ ਨੂੰ ਆਪਣੇ ਮਾਪੇ ਘਰੋਂ ਕੱਢ ਕੇ ਭੇਜਣਗੇ ਵੀ ਜਾ ਗਰਾਊਂਡ 'ਚ ਕਬੱਡੀ ਖੇਡ ਕੇ ਆ, ਜਿੱਥੇ ਖੂਨ ਨਾਲ ਲੱਤਪੱਤ ਹੋ ਰਹੀਆਂ। ਸਾਡੇ ਘਰ ਦੇ ਮਾਪੇ ਨਹੀਂ ਸਾਨੂੰ ਭੇਜਦੇ ਸੀਗੇ ਜਦੋਂ ਇਹ ਰੋਲੇ ਚੱਲੀ ਜਾਂਦੇ ਸੀ, ਤੇ ਉਹ ਤਾਂ ਕਹਿੰਦੇ ਸੀ, ਉਹਨਾਂ ਦਾ ਕੀ ਕਹਿਣਾ ਹੁੰਦਾ ਸੀ? ਉਹ ਕਹਿੰਦੇ ਸੀ ਵੀ ਤੁਸੀਂ ਛੱਡ ਦਿਓ ਕਬੱਡੀ, ਵੀ ਤੁਸੀਂ ਆਪਦਾ ਮਾੜਾ ਮੋਟਾ ਜੋ ਕੋਈ ਕੰਮ ਕਾਰ ਆ ਉਹ ਕਰ ਲਓ, ਵੀ ਤੁਸੀਂ ਕਬੱਡੀ ਨਹੀਂ ਖੇਡਣੀ। ਭਾਜੀ ਟੀਮ ਤੋਂ ਸਾਰਿਆਂ ਤੋਂ ਆਸ ਆ ਪਲੇਅਰ ਮਰਦਾ ਇਕੱਲਾ ਸੱਟ ਕਰਕੇ, ਜੇ ਸੱਟ ਨਾ ਲੱਗੇ ਭਾਜੀ ਪਲੇਅਰ ਫਿਰ ਵਧੀਆ ਬੈਨੀਫਿਟ ਹੀ ਰਹਿੰਦਾ, ਐਕਟਿਵ ਰਹਿੰਦਾ ਭਾਜੀ, ਖੇਡਦਾ ਰਹਿੰਦਾ। ਕਾਲੇ ਸੰਗਿਆ ਦਾ ਕਬੱਡੀ ਕੱਪ ਕਵਰ ਕਰ ਰਹੇ ਹਾਂ ਛਾਜੀ ਅਤੇ ਮਲੂਕ ਅਲੀ, ਅਲੀ ਬ੍ਰਦਰ ਸਾਡੇ ਨਾਲ ਨੇ, ਕਬੱਡੀ ਦੇ ਵਿੱਚ ਚੰਗਾ ਨਾਮ ਹੈ ਇਹਨਾਂ ਦਾ, DAV ਦੇ ਵੱਲੋਂ ਖੇਡ ਰਹੇ ਨੇ। ਇਸ ਸਾਲ DAV ਦੀ ਟੀਮ ਦਾ ਕਹਿਣਾ ਹੈ ਕਿ ਉਹ ਸਭ ਤੋਂ ਤਕੜੀ ਹੈ ਅਤੇ ਐਤਕੀ ਦੇ ਟੂਰਨਾਮੈਂਟਾਂ 'ਚ ਤੱਕ ਪਾਈ ਜਾਊਗੀ। ਸੋ ਬਾਈ ਹੁਣੀ ਸਾਡੇ ਨਾਲ ਨੇ, ਛਾਜੀ ਅਤੇ ਮਲੂਕ ਬਾਈ, ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਸਤਿ ਸ਼੍ਰੀ ਅਕਾਲ। ਅਸਲਾਮ ਅਲੈਕੁਮ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਜੀ। ਕਿਵੇਂ ਚੱਲ ਰਿਹਾ ਐਤਕੀ ਦਾ ਟੂਰਨਾਮੈਂਟ, ਕਿਵੇਂ ਦਾ, ਸ਼ੁਰੂਆਤ ਕਿੱਦਾਂ ਦੀ ਹੋਈ? ਬਹੁਤ ਵਧੀਆ ਹੋਈ ਹੈ ਸ਼ੁਰੂਆਤ ਜੀ, ਅੱਲਾ ਦੀ ਮਿਹਰ ਆ, ਵਧੀਆ ਹੋਇਆ ਸਭ ਕੁਝ, ਠੀਕ ਆ ਭਾਜੀ। ਹਾਂਜੀ, ਤੁਸੀਂ ਕਦੋਂ ਪਾ ਰਹੇ ਆ ਫੇ ਮੋਟਰਸਾਈਕਲਾਂ ਦੀ ਏਜੰਸੀ? ਬਸ ਏਜੰਸੀ ਪਈ ਹੋਈ ਆ ਮੋਟਰਸਾਈਕਲਾਂ ਦੀ। ਹਾਂਜੀ ਹਾਂਜੀ, ਬਸ ਅਨਾਉਂਸ ਕਰਨਾ, ਅਨਾਉਂਸ ਕਰ ਦਿਓ ਤੁਸੀਂ। ਤੁਸੀਂ ਤਾਂ ਭਾਵੇਂ ਟਰੈਕਟਰਾਂ ਦੀ ਵੀ ਪਾ ਲਓ। ਜੇ ਰੱਬ ਦੀ ਮਿਹਰ ਹੋਈ ਤਾਂ ਜ਼ਰੂਰ ਪਾਵਾਂਗੇ ਭਾਜੀ, ਉਹ ਤਾਂ ਰੱਬ ਦੇਣ ਵਾਲਾ ਭਾਜੀ। ਹਾਂ, ਰੱਬ ਦੀ ਮਿਹਰ ਹੋਈ ਆ, ਇੰਨਾ ਕੁਛ ਜਿੱਤ ਕੇ ਇੰਨਾ ਕੁਛ ਆਏ ਆ ਭਾਜੀ। ਬਾਕੀ ਮਿਹਨਤ ਦੀ ਗੱਲ ਕਰ ਲਓ, ਰੱਬ ਦੇਣ ਵਾਲਾ ਭਾਜੀ। ਜੇ ਕਹਿਣਾ ਹੋਵੇ ਕਿ ਇਹ ਤਾਂ ਦੀਦਾ ਸਾਰਿਆਂ ਨੂੰ ਕਿ ਆਹ ਕੁਝ ਜਿੱਤ ਲਿਆ, ਆਹ ਕੁਝ ਜਿੱਤ ਲਿਆ, ਅਸੀਂ ਵੀ ਕਹੀ ਜਾਂਦੇ ਹਾਂ, ਇਹਦੇ ਪਿੱਛੇ ਦੀ ਮਿਹਨਤ ਬਾਰੇ ਕੀ ਕਹੋਗੇ? ਮਿਹਨਤ ਭਾਜੀ ਸਾਰਿਆਂ ਨੂੰ ਪਤਾ ਹੀ ਆ, ਮਿਹਨਤ ਕਰਕੇ ਇੱਥੇ ਤੱਕ ਆਏ ਹਾਂ, ਮਿਹਨਤ ਕਰਕੇ ਇਹ ਚੀਜ਼ਾਂ ਹਾਸਲ ਹੁੰਦੀਆਂ ਨੇ, ਸਟਰਗਲ ਕਰਕੇ ਇਹ ਸਭ ਮਿਲਦਾ ਆ, ਇਹ ਤਾਂ ਭਾਜੀ ਸਾਰਿਆਂ ਨੂੰ ਪਤਾ ਹੈ। ਹਾਂਜੀ ਹਾਂਜੀ, ਜੇ ਗੱਡੀਆਂ ਅਤੇ ਟਰੈਕਟਰਾਂ ਦੀ ਗਿਣਤੀ ਕਰਾ ਦਿਓ ਜ਼ਰਾ। ਭਾਜੀ ਦੋ ਟਰੈਕਟਰ ਜਿੱਤ ਲਿਆ, ਦੋ ਗੱਡੀਆਂ ਹੋ ਗਈਆਂ ਆ। ਹਾਂਜੀ ਭਾਜੀ, ਇੱਕ ਸਨਮਾਨ 'ਚ ਮਿਲੀ, ਇੱਕ ਲੰਡੀ ਜੀਪ ਜਿੱਤੀ ਆ ਭਾਜੀ। ਹਾਂਜੀ ਭਾਜੀ, ਜੇ ਤਿੰਨਾਂ ਭਰਾਵਾਂ ਦੀ ਗੱਲ ਕਰੀਏ, ਫਰਿਆਦ ਬਾਈ ਦਾ ਤਾਂ ਚਲੋ ਦੱਸ ਦੇ, ਕਹਿੰਦੇ 99 ਹੋ ਗਏ। ਹਾਂਜੀ ਹਾਂਜੀ, 99 ਮੋਟਰਸਾਈਕਲ ਹੋ ਗਿਆ ਉਹਦੇ ਭਾਜੀ। ਹਾਂਜੀ ਹਾਂਜੀ, ਹੁਣ ਜਦੋਂ ਠੀਕ ਹੋ ਜਾਣਗੇ ਜਾਂ ਬਿਲਕੁਲ ਸਿਹਤਯਾਬ ਹੋ ਜਾਣਗੇ ਫਿਰ 100 ਦੀ ਹੋ ਜੂ? ਫਿਰ ਤਾਂ 100 ਪਲੱਸ ਹੋਊਗਾ ਜੀ, ਇਨਸ਼ਾਅੱਲਾ ਜ਼ਰੂਰ ਹੋਵੇਗਾ ਭਾਜੀ। ਚਲੋ ਇਨਸ਼ਾਅੱਲਾ, ਅਸੀਂ ਵੀ ਅਰਦਾਸ ਕਰਦੇ ਹਾਂ ਕਿ ਜਲਦੀ ਹੋਵੇ। ਬਾਈ ਤੁਸੀਂ ਦੱਸਿਓ ਜ਼ਰਾ, ਐਤਕੀ DAV ਦੀ ਟੀਮ ਕਹਿੰਦੇ ਸਭ ਤੋਂ ਤਕੜੀ ਚੱਲ ਰਹੀ ਹੈ, ਲਸ਼ਰ ਬ੍ਰਦਰਸ ਨਾਲ ਵੀ ਗੱਲ ਕੀਤੀ, ਕਹਿੰਦੇ ਐਤਕੀ ਪੂਰਾ ਸਿੱਕਾ ਚੱਲੂਗਾ, ਕੀ ਕਹੋ? ਨਹੀਂ, ਵਧੀਆ ਟੀਮ ਬਣਾਈ ਹੈ ਐਤਕੀ। ਹਾਂਜੀ, ਜਿੱਦਾਂ ਆਪਣੇ ਨਾਲ ਰੇਡਲੈਂਡ ਵੀ ਵਧੀਆ ਆ, ਸ਼ਾਜੀ, ਜੋਤਾ, ਬੁਲਟ, ਹਨੀ ਪੰਡਿਤ, ਰਿੰਕੂ ਖਰੈਟੀ, ਅਤੇ ਆਪਣਾ ਰਵੀ ਹੋ ਗਿਆ ਕਲਸੀਆਂ ਵਾਲਾ, ਅਤੇ ਜਾਫੀ ਆਪਣਾ ਫਰਿਆਦ ਵੀ ਹੋ ਜਾਣਾ, ਮੈਂ ਹੋ ਗਿਆ ਜੀਤਾ, ਅਤੇ ਸਨੀ, ਅਤੇ ਇੰਦਰਜੀਤ ਨੇ ਵੀ ਆ ਜਾਣਾ, ਹੋਰ ਹਫ਼ਤੇ ਨੂੰ ਆ ਰਿਹਾ ਇੰਦਰਜੀਤ, ਫਿਰ ਸਾਰੇ ਇਕੱਠੇ ਹੋ ਕੇ ਖੇਡਾਂਗੇ ਜੀ। ਹਾਂਜੀ ਹਾਂਜੀ, ਇੱਕ ਗੱਲ ਹੋਰ ਦੱਸਿਓ, ਟਰੈਕਟਰ ਅੱਜ ਵੀ ਲਿਜਾਣ ਦਾ ਵਿਚਾਰ ਹੈਗਾ? ਭਾਜੀ ਆਏ ਤਾਂ ਸਾਰੇ ਜਿੱਤਣੀ ਆ, ਬਾਕੀ ਜੇ ਮਿਹਰ ਹੋਈ ਅੱਲਾ ਦੀ ਤਾਂ ਜ਼ਰੂਰ ਲੈ ਕੇ ਜਾਵਾਂਗੇ ਭਾਜੀ। ਹਾਂਜੀ ਹਾਂਜੀ, ਮੈਨੂੰ ਲੱਗਦਾ ਸੈਲਫ ਮਾਰੋਗੇ। ਨਹੀਂ ਨਹੀਂ ਭਾਜੀ, ਦੇਖਦੇ ਹਾਂ, ਚਲੋ ਮਾਰਦੇ ਹਾਂ ਜ਼ੋਰ, ਆਪਣੀ ਟੀਮ ਜਿੱਤੇ ਕੋਈ ਏਡਾ ਇਸ਼ੂ ਨਹੀਂ ਭਾਜੀ, ਖੁਸ਼ੀ ਵਾਲੀ ਗੱਲ ਆ, ਸਾਰੇ ਪਲੇਅਰ ਆਪਣੇ ਭਰਾ ਹੀ ਨੇ ਭਾਜੀ। ਹਾਂਜੀ, ਦੇਖ ਲਓ ਮੁੰਡਿਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਫੋਟੋ ਕਰਾਉਂਦੇ, ਕਹਿੰਦੇ ਛਾਜੀ ਛਾਜੀ ਹੋਈ ਪਈ। ਓਏ ਅੱਲਾ ਦੀ ਮਿਹਰ ਆ ਭਾਜੀ, ਸ਼ੁਕਰ ਆ ਪਰਮਾਤਮਾ ਦਾ ਨਿਯੁਗ ਕਰਤਾ ਭਾਜੀ, ਬਹੁਤ ਬਹੁਤ ਸ਼ੁਕਰ ਆ, ਮੈਂ ਤਾਂ ਬਹੁਤ ਦਿਲੋਂ ਧੰਨਵਾਦ ਕਰਦਾ ਭਾਜੀ। ਕਬੱਡੀ ਕਿਹਦੇ ਵੱਲ ਦੇਖ ਕੇ, ਕਬੱਡੀ ਕਿਹਦੇ ਵੱਲ ਦੇਖ ਕੇ ਸ਼ੁਰੂ ਕੀਤੀ? ਦੇਖ ਕਬੱਡੀ ਆਪਣਾ ਭਾਜੀ ਬਾਪੂ ਖੇਡਦਾ ਰਿਹਾ ਪਹਿਲਾਂ। ਹਾਂਜੀ, ਬਾਪੂ ਫਕੀਰ, ਉਸ ਤੋਂ ਬਾਅਦ ਫਰਿਆਦ, ਉਸ ਤੋਂ ਬਾਅਦ ਫਰਿਆਦ, ਫਿਰ ਮਲੂਕ, ਫਿਰ ਤਾਂ ਭਾਜੀ ਹੁਣ ਤਾਂ ਲਾਈਨਾਂ ਲੱਗੀਆਂ ਨੇ ਘਰੇ,
ਸਾਰੇ ਖੇਡਣ ਵਾਲੇ ਹੋ ਗਏ ਹੁਣ ਤਾਂ। ਹਾਂਜੀ ਹਾਂਜੀ ਭਾਜੀ, ਅੱਗੇ ਵੀ ਪਨੀਰੀ ਤਿਆਰ ਕਰੋ। ਹਾਂਜੀ ਹਾਂਜੀ ਭਾਜੀ, ਸਾਰੇ ਗਰਾਊਂਡ ਹੀ ਹੁੰਦੇ ਆ, ਨਿਆਣਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ। ਹਾਂਜੀ ਹਾਂਜੀ, ਤੁਰੇ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਦਿਖਾ ਦਿਓ ਕਿਸ ਤਰ੍ਹਾਂ ਨੌਜਵਾਨਾਂ ਦੀ ਲਾਈਨ ਲੱਗੀ ਹੋਈ ਆ, ਕਹਿੰਦੇ ਸ਼ਾਜੀ ਨਾਲ ਫੋਟੋ ਕਰਾਉਣੀ ਹੈ, ਮਲੂਕ ਨਾਲ ਕਰਾਉਣੀ ਹੈ। ਫਰਿਆਦ ਭਾਈ ਵੀ ਇੱਥੇ ਨੇ, ਉਹਨਾਂ ਦੇ ਥੋੜ੍ਹੀ ਜਿਹੀ ਸੱਟ ਲੱਗੀ ਹੋਈ ਹੈ, ਉਹਨਾਂ ਦਾ ਇਲਾਜ ਹੁਣੇ ਹੁਣੇ ਹੋ ਕੇ ਹਟਿਆ, ਜਲਦੀ ਠੀਕ ਹੋਣਗੇ। ਬਾਈ ਅਗਲੀ ਪਨੀਰੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆ ਜਿਹੜੇ ਨੌਜਵਾਨ ਦੇਖ ਰਹੇ ਨੇ, ਇਕੱਲੀਆਂ ਫੋਟਾਂ ਨਹੀਂ ਕਰਾਉਣ ਨੂੰ ਆਏ ਹੋਏ, ਜਾਂ ਫਿਰ ਜਿਹੜੇ ਦੇਖ ਰਹੇ ਨੇ, ਉਹਨਾਂ ਨੇ ਸਿਰਫ ਦੇਖਣਾ ਨਹੀਂ, ਉਹਨਾਂ ਨੂੰ ਹੌਲੀ ਹੌਲੀ ਚਿਣਗ ਲੱਗਣੀ, ਖੇਡਣਾ ਸ਼ੁਰੂ ਕਰਨਾ, ਉਹਨਾਂ ਨੂੰ ਕੀ ਕਹੋਗੇ, ਸੰਦੇਸ਼ ਕੀ ਦਿਓਗੇ? ਉਹਨਾਂ ਨੂੰ ਇਹ ਸੰਦੇਸ਼ ਦੇਵਾਂਗੇ ਵੀ ਆਪਦੀ ਮਿਹਨਤ ਕਰੋ, ਵਧੀਆ ਡਾਇਟ ਰੱਖੋ, ਖਾਓ ਪੀਓ ਅਤੇ ਮਿਹਨਤ ਕਰੋ। ਤੁਹਾਨੂੰ ਪਤਾ ਮਿਹਨਤ ਦਾ ਫਲ ਤਾਂ ਰੱਬ ਦੇ ਹੀ ਦਿੰਦਾ ਹਰੇਕ ਨੂੰ, ਹੈ ਨਾ? ਅਤੇ ਮਿਹਨਤ ਕਰੂਗੇ ਤਾਂ ਚਲੋ ਵਧੀਆ ਖੇਡੂਗੇ, ਆਪਣੇ ਵਾਂਗੂ ਨਾ ਹੋਊਗਾ। ਹਾਂਜੀ, ਇਹੀ ਸੰਦੇਸ਼ ਦੇਣਾ ਚਾਹੁੰਦੇ ਇਹਨਾਂ ਨੂੰ। ਹਾਂਜੀ, ਕਹਿੰਦੇ ਜਦੋਂ ਕਿਸੇ ਨੇ ਵੀ ਟਰੈਕਟਰ ਟੂਟਰ ਲੈਣਾ ਹੁੰਦਾ, ਉਹ ਸ਼ਕਰਪੁਰ ਵਾਲਿਆਂ ਨੂੰ ਪੁੱਛਦਾ, ਕਹਿੰਦਾ ਟਰੈਕਟਰ ਤਾਂ ਨਹੀਂ ਕੋਈ ਹੈਗਾ? ਨਹੀਂ, ਉਹ ਤਾਂ ਚਲੋ ਅੱਲਾਹ ਤਾਲਾ ਦੀ ਮਿਹਰ ਆ ਜੀ, ਉਹਦੀ ਦੁਆਵਾਂ ਨਾਲ ਹੀ ਆ ਜੀ ਸਾਰਾ ਕੁਛ, ਮਾਪਿਆਂ ਦੀ ਦੁਆਵਾਂ ਸਾਡੇ ਨਾਲ। ਅਤੇ ਅਸੀਂ ਆਪਣੇ ਮਾਪੇ ਨੂੰ ਬਹੁਤ ਲੱਕੀ ਮੰਨਦੇ, ਜਿਨ੍ਹਾਂ ਨੇ ਹੈ ਨਾ ਅਰਦਾਸ ਕਰਕੇ ਦੁਆ ਕਰਕੇ ਸਾਨੂੰ ਤਿੰਨਾਂ ਭਰਾਵਾਂ ਨੂੰ ਐਡਾ ਸਟਾਰ ਕੀਤਾ, ਮਿਹਨਤ ਲਵਾਈ ਆ, ਚਲੋ ਅਸੀਂ ਉਹਨਾਂ ਦਾ ਦੇਣਾ ਸਾਰਾ ਜੀ। ਹਾਂਜੀ, ਛਾਜੀ ਬਾਈ ਕਹਿੰਦੇ ਉੱਡਣੇ ਸੱਪ ਵਾਂਗੂ ਪੈ ਜਾਂਦਾ ਛਾਜੀ, ਇੰਨੀ ਤੇਜ਼ ਰੇਟ ਪਾਉਂਦੇ ਹੋ, ਖਾਂਦੇ ਕੀ ਹੋ? ਭਾਅ ਜੀ ਖਾਣਾ ਕੀ ਆ, ਬਸ ਮਿਹਨਤੀ ਆ ਇਹ ਤਾਂ। ਮਿਹਨਤ ਬੋਲਦੀ ਆ। ਹਾਂਜੀ ਹਾਂਜੀ ਭਾਅ ਜੀ, ਇਹ ਤਾਂ ਮਿਹਨਤੀ ਆ ਸਭ ਕੁਛ ਭਾਅ ਜੀ। ਠੀਕ ਹੈ, ਐਤਕੀ ਵਾਲਾ ਜਿਹੜਾ ਸਾਰਾ ਹੁਣ ਚੱਲਣੇ ਟੂਰਨਾਮੈਂਟ ਗਾਂ ਚੱਲਣੇ ਆ, ਕਿੱਦਾਂ ਦਾ ਟਰੈਕ ਦੀ ਤਿਆਰੀ ਕੀਤੀ ਹੋਈ ਆ, ਵੀ ਕਿੱਦਾਂ ਦਾ ਪ੍ਰਦਰਸ਼ਨ ਕਰਨ ਦੀ ਆਸ ਹੈ ਪੂਰੀ ਟੀਮ ਤੋਂ ਵੀ ਆਪਣੀ? ਹਾਂ ਭਾਅ ਜੀ, ਟੀਮ ਤੋਂ ਸਾਰਿਆਂ ਤੋਂ ਆਸ ਆ, ਪਲੇਅਰ ਮਰਦਾ ਇਕੱਲਾ ਸੱਟ ਕਰਕੇ, ਜੇ ਸੱਟ ਨਾ ਲੱਗੇ ਭਾਅ ਜੀ ਪਲੇਅਰ ਫਿਰ ਵਧੀਆ ਬੈਨੀਫਿਟ ਹੀ ਰਹਿੰਦਾ, ਐਕਟਿਵ ਰਹਿੰਦਾ ਭਾਅ ਜੀ, ਖੇਡਦਾ ਰਹਿੰਦਾ, ਲਗਾਤਾਰ ਗਰਾਊਂਡ ਨਾਲ ਜੁੜਿਆ ਰਹਿੰਦਾ, ਲਗਾਤਾਰ ਮੈਚਾਂ 'ਚ ਜੁੜਿਆ ਰਹਿੰਦਾ ਭਾਅ ਜੀ। ਹਾਂਜੀ, ਬੀਤੇ ਸਮੇਂ ਦੌਰਾਨ ਇਸੇ ਏਰੀਏ ਦਾ ਭਾਈ ਤਕੜਾ ਖਿਡਾਰੀ ਚਲੇ ਗਿਆ ਆਪਣਾ ਸੰਦੀਪ ਨੰਗਲੰਬੀਆ, ਜਦੋਂ ਉਹ ਚੀਜ਼ਾਂ ਚੇਤੇ ਕਰਦੇ ਹਾਂ ਕਬੱਡੀ ਨਾਲ ਜੋੜ ਕੇ, ਤਾਂ ਕੀ ਖਿਆਲ ਆਉਂਦਾ? ਦੇਖੋ ਜੀ, ਹੁਣ ਸਾਡੀ ਇੱਕ ਪੰਜਾਬ ਦੀ ਮਾਂ ਖੇਡ ਕਬੱਡੀ ਆ, ਹੈ ਨਾ? ਉਹਦੇ ਵਿੱਚ ਵੀ ਤੁਹਾਨੂੰ ਪਤਾ ਜਿੱਦਾਂ ਇਹ ਰੌਲਾ ਚੱਲੀ ਜਾਂਦਾ ਕਬੱਡੀ ਦੇ ਵਿੱਚ, ਹੋਰ ਵੀ ਗੇਮਾਂ ਹੈਗੀਆਂ, ਹੋਰਾਂ 'ਚ ਨਹੀਂ ਹੁੰਦਾ, ਆਪਣੀ ਮਾਂ ਖੇਡ ਕਬੱਡੀ ਇੱਕੋ ਇੱਕ ਹੈ ਪੰਜਾਬ 'ਚ, ਉਹਦੇ ਵਿੱਚ ਇਹ ਚੱਕਰ ਪਈ ਜਾਂਦੇ ਆ, ਇਹ ਨਹੀਂ ਚਾਹੀਦਾ, ਹੈ ਨਾ? ਕਬੱਡੀ ਇੱਕ ਮਾਂ ਖੇਡ ਪੰਜਾਬੀ ਆਪਣੀ, ਇਹਦੇ ਵਿੱਚ ਗੈਂਗਸਟਰ ਆ ਗਏ ਜਾਂ ਜਿੱਦਾਂ ਵੀ ਜੋ ਵੀ ਤੁਹਾਨੂੰ ਪਤਾ ਚੱਲੀ ਜਾਂਦਾ, ਹੈ ਨਾ? ਜੇ ਇਹ ਚੀਜ਼ਾਂ ਚੱਲੂਗੀ ਫਿਰ ਆਪਣਾ ਪੰਜਾਬ ਗਾਂਹ ਮੁੰਡੇ ਨਹੀਂ ਵਧਣੇ, ਹੈ ਨਾ? ਹੁਣ ਤਾਂ ਹਰੇਕ ਆਹੀ ਡਰਦਾ ਆ ਵੀ ਕਬੱਡੀ ਨਾਲੋਂ ਆਪਦਾ ਮਿਹਨਤ ਕਰ ਲਈਏ ਘਰੇ, ਜਾਂ ਆਪਦਾ ਕੋਈ ਕੰਮ ਕਰ ਲਈਏ, ਉਹ ਠੀਕ ਆ, ਕਬੱਡੀ ਨਾ ਖੇਡੀਏ, ਜਿੱਦਾਂ ਦੌਰ ਚੱਲੀ ਜਾਂਦਾ ਕਬੱਡੀ ਦੇ ਅੱਜ ਕੱਲ੍ਹ ਦਾ। ਕੀ ਲੱਗਦਾ ਜਿੱਦਾਂ ਦਾ ਹਾਲ ਹੋ ਰਿਹਾ ਸੀ ਬੀਤੇ ਸਮੇਂ ਦੌਰਾਨ ਹੋਇਆ, ਚਲੋ ਹੁਣ ਤਾਂ ਮੋੜਾ ਪੈ ਰਿਹਾ, ਨਿਆਣਿਆਂ ਨੂੰ ਆਪਣੇ ਮਾਪੇ ਘਰੋਂ ਕੱਢ ਕੇ ਭੇਜਣਗੇ ਵੀ ਜਾ ਗਰਾਊਂਡ 'ਚ ਕਬੱਡੀ ਖੇਡ ਕੇ ਆ, ਜਿੱਥੇ ਖੂਨ ਨਾਲ ਲੱਤਪੱਤ ਹੋ ਰਹੀਆਂ ਨੇ ਲੋਕ? ਨਹੀਂ ਜੀ, ਇੱਦਾਂ ਦਾ ਤੁਹਾਨੂੰ ਪਤਾ ਕਿਹੜਾ ਮਾਪੇ ਆ ਜਿਹੜਾ ਆਪਦੇ ਬੱਚਿਆਂ ਨੂੰ ਭੇਜੂਗਾ? ਖੁਦ ਸਾਡੇ ਘਰ ਦੇ ਮਾਪੇ ਨਹੀਂ ਸਾਨੂੰ ਭੇਜਦੇ ਸੀਗੇ ਜਦੋਂ ਇਹ ਰੌਲੇ ਚੱਲੀ ਜਾਂਦੇ ਸੀ, ਅਤੇ ਉਹ ਤਾਂ ਕਹਿੰਦੇ ਸੀ, ਉਹਨਾਂ ਦਾ ਕੀ ਕਹਿਣਾ ਹੁੰਦਾ ਸੀ? ਉਹ ਕਹਿੰਦੇ ਸੀ ਵੀ ਤੁਸੀਂ ਛੱਡ ਦਿਓ ਕਬੱਡੀ, ਵੀ ਤੁਸੀਂ ਆਪਦਾ ਮਾੜਾ ਮੋਟਾ ਜੋ ਕੋਈ ਕੰਮ ਕਾਰ ਆ ਉਹ ਕਰ ਲਓ, ਵੀ ਤੁਸੀਂ ਕਬੱਡੀ ਨਹੀਂ ਖੇਡਣੀ। ਫਿਰ ਤੁਹਾਨੂੰ ਪਤਾ ਹੁਣ ਕਬੱਡੀ ਨੂੰ ਇੰਨਾ ਕੁ ਪਿਆ, ਕਬੱਡੀ ਦਾ ਪਿਆਰ ਆ, ਇਹ ਛੱਡੀ ਨਹੀਂ ਜਾਂਦੀ, ਅਤੇ ਕੁਛ ਬੰਦੇ ਖੇਡਣ ਨਹੀਂ ਦਿੰਦੇ, ਬਸ ਇਹੀ ਚੀਜ਼ਾਂ ਚੱਲੀ ਜਾਂਦੀਆਂ ਜੀ। ਹਾਂਜੀ, ਜੇ ਕਬੱਡੀ ਖਿਡਾਰੀ ਨਾ ਹੁੰਦੇ, ਅੱਜ ਤਾਂ ਬੜਾ ਨਾਮ ਹੈ, ਜੇ ਨਾ ਹੁੰਦੇ ਤਾਂ ਕੀ ਹੁੰਦੇ? ਬਸ ਮੱਝਾਂ ਜਾਣੀਆਂ ਸੀ। ਹਾਂਜੀ, ਉਹੀ ਕੰਮ ਕਰਦੇ ਆ, ਪਹਿਲਾਂ ਪਿੱਛੇ ਪਿੱਛੇ ਵੀ ਕਰਦੇ ਆਏ ਆ, ਅਤੇ ਜੇ ਇਹ ਖੇਡਣ ਨਾ ਦਿੰਦੇ ਫਿਰ ਵੀ ਚਾਰਨੀਆਂ ਸੀ, ਆਹੀ ਕੰਮ ਆ ਸਾਡਾ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਬਾਈ, ਧੰਨਵਾਦ ਬਾਈ। ਸੋ ਅਲੀ ਬ੍ਰਦਰਸ ਦੇ ਨਾਲ ਗੱਲਬਾਤ ਸਾਡੀ ਕਰਵਾਈ ਹੈ, ਜੁੜੇ ਰਹੋ TV NRI ਸਪੋਰਟਸ ਦੇ ਨਾਲ, ਬਹੁਤ ਬਹੁਤ ਧੰਨਵਾਦ।